ਮੈਂ ਹਰਦੀਪ ਕੌਰ ਯੂ4 ਨਿਊਜ਼ ਤੋਂ ਪੇਸ਼ ਕਰਦੀ ਹਾਂ ਪੰਜਾਬੀ ਖਬਰਾਂ। ਦੇਸ਼ ਭਰ ਵਿੱਚ ਚੱਲ ਰਹੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਸੁਧਾਰ ਦੀ ਦਿਸ਼ਾ ਵਿੱਚ ਇੱਕ ਨਿਵੇਕਲੀ ਪਹਿਲ ਕਰਦਿਆਂ ਸੂਬੇ ਦੇ ਉਦਯੋਗ ਤੇ ਵਣ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਜ਼ਿਲ੍ਹੇ ਦੇ 101 ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਸਮਾਰਟ ਕਲਾਸਾਂ ਸਥਾਪਿਤ ਕਰਨ ਦਾ ਬੀੜਾ ਚੁੱਕਿਆ ਹੈ। ਸ਼੍ਰੀ ਅਰੋੜਾ ਨੇ ਇਹ ਐਲਾਨ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਰਦਿਆਂ ਕਿਹਾ ਕਿ ਪ੍ਰਾਈਵੇਟ ਸਕੂਲਾਂ ਵਾਂਗ ਸਰਕਾਰੀ ਸਕੂਲਾਂ ਵਿੱਚ ਵੀ ਬਿਹਤਰ ਸਹੂਲਤਾਂ ਦੇਣ ਅਤੇ ਬੱਚਿਆਂ ਦੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਰੀਬ 25 ਲੱਖ ਰੁਪਏ ਦੀ ਲਾਗਤ ਨਾਲ ਆਧੁਨਿਕ ਸਹੂਲਤਾਂ ਅਤੇ ਲੈਸ ਸਮਾਰਟ ਕਲਾਸਾਂ ਸਥਾਪਿਤ ਕਰਵਾਈਆਂ ਜਾਣਗੀਆਂ ਤਾਂ ਜੋ ਬੱਚਿਆਂ ਨੂੰ ਮੁੱਢਲੀ ਸਿੱਖਿਆ ਦੇਣ ਲਈ ਇੱਕ ਉਸਾਰੂ ਮਾਹੌਲ ਸਿਰਜਿਆ ਜਾ ਸਕੇ। ਉਹਨਾਂ ਕਿਹਾ ਕਿ ਮੁੱਢਲੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਹਨਾਂ ਕਿਹਾ ਕਿ ਬੁੱਧੀਜੀਵ ਵਰਗ ਵਿੱਚ ਵਿਚਾਰ ਵਟਾਂਦਰਾ ਕਰਨ ਉਪਰੰਤ ਹੀ ਇਹ ਫੈਸਲਾ ਲਿਆ ਗਿਆ ਹੈ ਕਿ ਆਪਣੀ ਪਹਿਲੀ ਸਰਕਾਰੀ ਗ੍ਰਾਂਟ ਸਕੂਲ ਸਿੱਖਿਆ ਦੇ ਸੁਧਾਰ ਲਈ ਲਗਾਉਣਗੇ ਤਾਂ ਜੋ ਪ੍ਰਾਇਮਰੀ ਸਕੂਲਾਂ ਵਿੱਚ ਬੱਚਿਆਂ ਨੂੰ ਡਿਜੀਟਲ ਪ੍ਰਣਾਲੀ ਰਾਹੀਂ ਸਿੱਖਿਅਤ ਕੀਤਾ ਜਾ ਸਕੇ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸੰਜੀਵ ਕੁਮਾਰ ਗੌਤਮ, ਉਪ ਜ਼ਿਲ੍ਹਾ ਸਿੱਖਿਆ ਅਫਸਰ ਧੀਰਜ, ਵਿਸ਼ਿਸ਼ਟ ਸੇਵਾ ਮੁਕਤ ਪ੍ਰਿੰਸੀਪਲ ਸਰਕਾਰੀ ਕਾਲਜ ਦੇਸ਼ਵੀਰ ਸ਼ਰਮਾ, ਪ੍ਰੋਫੈਸਰ J.N. ਵਡਿਆਲ ਅਤੇ ਸਟੇਟ ਐਵਾਰਡੀ ਅਧਿਆਪਕ ਦੀਪਕ ਵਿਸ਼ਿਸ਼ਟ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਪੱਤਰਕਾਰ ਸਹਿਬਾਨ ਹਾਜ਼ਰ ਸਨ। ਸਮਾਰਟ ਕਲਾਸਰੂਮ ਦੇ ਵਿੱਚ ਬਦਲ ਰਹੇ ਨੇ। ਸਮਾਰਟ ਕਲਾਸਰੂਮ ਦਾ ਮਤਲਬ ਕੀ ਹੈ ਤੁਹਾਨੂੰ ਪਤਾ ਹੋਏਗਾ, ਬੱਚਾ ਚਾਹੇ ਕਿਤਾਬ ਨਾ ਪੜ੍ਹੇ ਉਹ TV ਅੱਗੇ ਬੈਠ ਕੇ ਉਹਦਾ ਜਿਹੜਾ ਮਨ ਹੈ ਲੱਗ ਜਾਂਦਾ ਹੈ, ਉਸ ਚੀਜ਼ ਨੂੰ ਸਮਝਦਾ ਹੈ। ਇਹ ਸਮਾਰਟ ਕਲਾਸਰੂਮ ਜਿਹੜਾ ਇਹਦੇ ਅੰਦਰ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਕੰਟੈਂਟ ਹੈ ਪੂਰਾ ਐਜੂਕੇਸ਼ਨ ਦਾ, ਇਹ ਕਲਾਸਾਂ ਦਾ, ਉਹ ਬੱਚੇ ਨੂੰ ਇੱਕ ਸਮਾਰਟ ਕਲਾਸਰੂਮ ਦੇ ਅੰਦਰ ਦੇਖਣ ਨੂੰ ਮੂਵੀ ਦੇ ਰੂਪ ਦੇ ਵਿੱਚ ਮਿਲੇਗਾ। ਔਰ ਮੈਂ ਸਮਝਦਾ ਕਿ ਜਿਹੜੇ ਸਾਡੇ ਬੱਚੇ ਪਹਿਲੀ ਤੋਂ ਪੰਜਵੀਂ ਤੱਕ ਸਮਾਰਟ ਕਲਾਸਰੂਮ ਨੂੰ ਦੇਖਣਗੇ, ਉਹਦੇ ਅੰਦਰ ਉਹ ਪੜ੍ਹਨਗੇ, ਤਾਂ ਉਹ ਪ੍ਰਾਈਵੇਟ ਸਕੂਲਾਂ ਦਾ ਮੁਕਾਬਲਾ ਬੜੀ ਅੱਛੀ ਤਰੀਕੇ ਕਰ ਸਕਣਗੇ ਔਰ ਉਹ ਬੱਚੇ ਸਮਝ ਸਕਣਗੇ। ਔਰ ਇਹ ਜਿਹੜੇ ਸਕੂਲਾਂ ਦੇ ਅੰਦਰ ਜਿਹੜੇ ਸੀ ਸਮਾਰਟ ਕਲਾਸਰੂਮ, 101 ਸਕੂਲਾਂ ਦੇ ਅੰਦਰ 69 ਸਕੂਲ ਹੈਗੇ ਆ ਮੇਰੇ ਹੁਸ਼ਿਆਰਪੁਰ ਵਿਧਾਨ ਸਭਾ ਦੇ, ਅਤੇ ਬਾਕੀ ਅਸੀਂ ਲਏ ਨੇ। ਇਹ ਪਹਿਲੀ ਮੇਰੀ ਇੰਸਟਾਲਮੈਂਟ ਆ 101 ਸਕੂਲ ਦੀ ਅੱਜ, ਜਿਹਨੂੰ ਅਸੀਂ ਸਮਾਰਟ ਕਲਾਸਰੂਮ ਦੇਣ ਜਾ ਰਹੇ ਹਾਂ। ਲੇਕਿਨ ਸਰਕਾਰੀ ਗ੍ਰਾਂਟ ਦੇ ਨਾਲ ਮੇਰਾ ਖਿਆਲ ਪਹਿਲਾ ਉਪਰਾਲਾ ਹੈ। ਮੈਂ ਰਾਤੀ ਨੈੱਟ 'ਤੇ ਦੇਖ ਰਿਹਾ ਸੀ, ਮੈਨੂੰ ਤਾਂ ਦੇਸ਼ ਦੇ ਵਿੱਚ ਕਿਤੇ ਲੱਭਾ ਨਹੀਂ ਕਿ ਇਹ ਜਿਹੜਾ ਇੰਨੇ ਸਕੂਲਾਂ ਨੂੰ ਸਮਾਰਟ ਕਲਾਸਰੂਮ ਬਣਾਉਣਾ ਇੱਕ ਬਹੁਤ ਵੱਡਾ, ਮੈਂ ਕਹਿੰਦਾ ਜਿੱਥੇ ਸੰਤਾਂ ਮਹਾਂਪੁਰਸ਼ਾਂ ਦਾ ਸ਼ਹਿਰ ਹੈ, ਤੁਹਾਡੀ ਰਹਿਮ ਨਮਾਈ ਦੇ ਅੰਦਰ ਮੈਂ ਕੰਮ ਕਰ ਰਿਹਾ। ਔਰ